जहाँ बरकते मिलती हैं, जहाँ बरकते मिलती हैं। आओ खुदावन के घर चले, जहाँ नेमते मिलती हैं, जहाँ नेमते मिलती हैं। आओ खुदावन के घर चले, आओ खुदावन के घर चले। कुछ यीशु है मेरा, सब कुछ यीशु। तेरे चरणों में हाँ, तेरे चरणों में, तेरे चरणों में मुझे जिए जाना है यीशु। तू ही मेरा आशियाना है, तेरे चरणों में मुझे जिए जाना। नजरें हो सदा तेरी और यीशु, मन रहे सदा तेरी और यीशु। नजरें हो सदा तेरी और यीशु, मन रहे सदा तेरी और यीशु। तेरे लक्ष्य को हाँ, तेरे लक्ष्य को, तेरे लक्ष्य को बस मैंने पाना है यीशु। तू ही मेरा आशियाना है, तेरे चरणों में मुझे जिए जाना है यीशु। तू ही मेरा आशियाना है, तेरे चरणों में मुझे जिए जाना है यीशु। तू ही मेरा आशियाना है। ਬਾਪ ਅਤੇ ਬੇਟੇ ਅਤੇ ਰੂਹ ਪਾਕ ਦੇ ਨਾਮ ਉੱਤੇ ਆਮੇਨ। ਸਾਡੇ ਪ੍ਰਭੂ ਯਿਸੂ ਮਸੀਹ ਦਾ ਫਜ਼ਲ, ਖੁਦਾ ਬਾਪ ਦਾ ਪ੍ਰੇਮ ਅਤੇ ਰੂਹ ਪਾਕ ਦੀ ਸਾਂਝ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪ੍ਰਭੂ ਯਿਸੂ ਮਸੀਹ ਵਿੱਚ ਮੇਰੇ ਪਿਆਰੇ ਭਰਾਵੋ, ਭੈਣੋ ਅਤੇ ਬੱਚਿਓ, ਅੱਜ 14 ਮਈ ਨੂੰ ਸਮੁੱਚੀ ਕਲੀਸਿਆ ਦੇ ਵਿੱਚ ਅਸੀਂ ਸੰਤ ਮਥੀਆਸ ਰਸੂਲ ਦਾ ਗੀਤ ਮਨਾ ਰਹੇ ਨੇ। 12 ਚੇਲੇ ਦੋ ਵਿੱਚ ਇੱਕ ਚੇਲਾ
ਸੰਤ ਜੂਡਸ ਨੇ ਪ੍ਰਭੂ ਨੂੰ ਫੜਾਇਆ ਅਤੇ ਉਸ ਦੇ ਜਗ੍ਹਾ ਦੇ ਉੱਤੇ ਖੁਦਾ ਦੀ ਪ੍ਰੇਰਣਾ ਦੇ ਨਾਲ ਸੰਤ ਮੱਥੀਆਸ ਨੂੰ ਚੁਣਿਆ ਗਿਆ ਹੈ। ਰਸੂਲਾਂ ਦਾ ਕਰਤੱਵ ਦੇ ਵਿੱਚ ਅਸੀਂ ਪੜ੍ਹ ਸਕਦੇ ਕਿਵੇਂ ਚੇਲਿਆਂ ਨੇ ਮਿਲ ਕੇ ਮੱਥੀਆਸ ਨੂੰ ਚੁਣਿਆ ਅਤੇ ਖੁਦਾ ਦਾ ਮਰਜ਼ੀ ਨੂੰ ਪੂਰਾ ਕੀਤਾ। ਅੱਜ ਅਸੀਂ ਖੁਦਾ ਤੋਂ ਮਿਲਿਆ ਇਸ ਵਰਦਾਨ ਦੇ ਲਈ ਧੰਨਵਾਦ ਕਰਦੇ ਹੋਈਏ, ਰਸੂਲ ਸੰਤ ਮੱਥੀਆਸ ਦੇ ਸ਼ਿਬਾਸ਼ ਮੰਗਦੇ ਹੋਈਏ, ਆਪਣੇ ਲਈ, ਆਪਣੇ ਪਰਿਵਾਰ ਦੇ ਲਈ, ਆਪਣੇ ਇਲਾਕੇ ਦੇ ਲਈ, ਸਮੁੱਚੀ ਕਲੀਸੀ ਦੇ ਲਈ ਪ੍ਰਾਰਥਨਾ ਕਰੇ, ਤਾਂ ਜੋ ਸਾਡਾ ਇਸ ਕੁਰਬਾਨੀ, ਸਾਡਾ ਇਸ ਵਿਸ਼ਵਾਸ ਦਾ ਪ੍ਰਗਟਾਵਾ ਸੱਚਮੁੱਚ ਪ੍ਰਭੂ ਦਾ ਦਿਆ ਸਾਡੇ ਉੱਤੇ ਆ ਪਹੁੰਚਣ ਲਈ ਕਾਰਨ ਹੋ ਜਾਵੇ, ਅਤੇ ਅਸੀਂ ਵੀ ਯੋਗ ਢੰਗ ਦੇ ਨਾਲ ਇਸ ਕੁਰਬਾਨੀ ਚੜਾਉਣ ਲਈ ਆਪਣੇ ਆਪ ਨੂੰ ਯੋਗ ਬਣਾਈਏ, ਆਪਣੇ ਗਿਲਤ ਗੁਨਾਹ ਦੇ ਲਈ ਮਾਫ਼ੀ ਮੰਗੀਏ, ਤਾਂ ਜੋ ਪ੍ਰਭੂ ਸਾਨੂੰ ਵੀ ਚੁਣਨਗੇ ਉਹਦੇ ਮਹਿਮਾ ਦੇ ਲਈ, ਉਹਦੇ ਨਾਮ ਦਾ ਫੈਲਾਵ ਦੇ ਲਈ ਅਤੇ ਉਹਦੇ ਸੱਚੇ ਗਵਾਹ ਦੇ ਲਈ। ਸੋ ਅਸੀਂ ਆਪਣੇ ਆਪ ਨੂੰ ਹਲੀਮੀ ਦੇ ਨਾਲ ਪੌਦਾ ਦਾ ਸਮਰਪਣ ਕਰਦੇ ਹੋਏ, ਆਪਣੇ ਗਲਤੀਆਂ ਦੇ ਲਈ ਮਾਫ਼ੀ ਮੰਗਦੇ ਹੋਏ ਇਸ ਕੁਰਬਾਨੀ ਦੇ ਲਈ ਆਪਣੇ ਆਪ ਨੂੰ ਯੋਗ ਬਣਾਈਏ। ਅਫਸੋਸ ਦਿਲ ਨਾਲ ਅਸੀਂ ਸਾਰੇ ਮਿਲ ਕੇ ਆਖੀਏ, ਮੈਂ ਗੁਬਾਲ ਕਰਦਾ ਹਾਂ ਪੂਰੀ ਕੁਦਰਤ ਵਾਲੇ ਖੁਦਾ ਅਤੇ ਤੁਹਾਡੇ ਅੱਗੇ ਐ ਭਰਾਓ ਤੇ ਭੈਣੋ, ਕਿ ਮੈਂ ਸੋਚਣ ਨਾਲ, ਬੋਲਣ ਨਾਲ, ਕਰਨ ਨਾਲ ਅਤੇ ਨਗੇਲੀ ਨਾਲ ਬਹੁਤ ਗੁਨਾਹ ਕੀਤੇ, ਆਪਣੇ ਦੋਸ਼ ਦੇ ਨਾਲ, ਆਪਣੇ ਹੀ ਦੋਸ਼ ਦੇ ਨਾਲ, ਆਪਣੇ ਬਹੁਤ ਵੱਡੇ ਦੋਸ਼ ਦੇ ਨਾਲ। ਇਸ ਲਈ ਮੈਂ ਤਾਂ ਸਦਾ ਕੁਆਰੀ ਮਰੀਆਂ ਸਾਰਿਆਂ ਫਰਿਸ਼ਤਿਆਂ ਅਤੇ ਸੰਤਾਂ ਅਤੇ ਤੁਹਾਡੇ ਅੱਗੇ ਐ ਭਰਾਓ ਤੇ ਭੈਣੋ ਮੈਂ ਬੇਨਤੀ ਕਰਦਾ ਹਾਂ ਕਿ ਮੇਰੇ ਲਈ ਪ੍ਰਭੂ ਖੁਦਾ ਦੇ ਅੱਗੇ ਪ੍ਰਾਰਥਨਾ ਕਰੋ। ਪੂਰੀ ਕੁਦਰਤ ਵਾਲਾ ਖੁਦਾ ਤੁਹਾਡੇ ਤੇ ਦਿਆ ਕਰੇ ਅਤੇ ਸਾਡੇ ਗੁਨਾਹਾਂ ਨੂੰ ਮਾਫ਼ ਕਰਕੇ ਸਾਨੂੰ ਸਦੀ ਵੀ ਜੀਵਨ ਤੱਕ ਪਹੁੰਚ ਜਾਵੇ। ਆਮੇਨ। ਏ ਪ੍ਰਭੂ ਦਿਆ ਕਰ, ਏ ਪ੍ਰਭੂ ਦਿਆ ਕਰ, ਏ ਮਸੀਹਾ ਦਿਆ ਕਰ, ਏ ਮਸੀਹਾ ਦਿਆ ਕਰ, ਏ ਪ੍ਰਭੂ ਦਿਆ ਕਰ, ਏ ਪ੍ਰਭੂ ਦਿਆ ਕਰ।
ਧਰਮ ਚਾਹੇ ਖੁਦਾ ਐ ਮਸੀਹਾ ਸ਼ਾਨ ਵਿੱਚ ਤੂੰ ਬਾਪ ਤੇ ਰੂਪਾਕ ਨਾਲ ਸਵਰਗ ਦੇ ਵਿੱਚ ਵਡਿਆਈ ਮਹਿਮਾ ਹੋਵੇ ਖੁਦਾ ਦੀ ਧਰਤੀ ਉੱਤੇ ਨਿਗਨੀਅਤ ਲੋਕਾਂ ਦੇ ਵਿੱਚ ਸ਼ਾਂਤੀ ਅਸੀਂ ਪ੍ਰਾਰਥਨਾ ਕਰੀਏ ਏ ਖੁਦਾ ਤੁਹਾਡੀ ਪਾਕ ਮਰਜ਼ੀ ਸੀ ਕਿ ਸੰਤ ਮਤੀਆਸ ਰਸੂਲਾਂ ਦੀ ਸੰਗਤ ਵਿੱਚ ਸ਼ਾਮਿਲ ਕੀਤਾ ਜਾਵੇ ਉਸ ਦੀ ਸਿਫਾਰਿਸ਼ ਰਾਹੀਂ ਬਖਸ਼ ਦੇ ਕਿ ਅਸੀਂ ਵੀ ਜੋ ਤੁਹਾਡੇ ਪਿਆਰ ਨੂੰ ਵਿਰਸੇ ਵਿੱਚ ਮਿਲਣ ਦੇ ਕਾਰਨ ਖੁਸ਼ੀ ਮਨਾਉਂਦੇ ਹਾਂ ਤੁਹਾਡੇ ਚੁਣੇ ਹੋਏ ਵਿੱਚ ਗਿਣੇ ਜਾਈਏ ਸਾਡੇ ਪ੍ਰਵੇਸ਼ ਮਸੀਹ ਤੁਹਾਡੇ ਬੇਟੇ ਦੇ ਰਾਹੀਂ ਜੇ ਤੁਹਾਡੇ ਨਾਲ ਰੂਹ ਪਾਕ ਦੀ ਏਕਤਾ ਵਿੱਚ ਇੱਕ ਖੁਦਾ ਜਿਉਂਦਾ ਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀਕ ਆਮੀਨ ਪਾਠ ਪਹਿਲਾ ਰਸੂਲਾਂ ਦੇ ਕਰਤੱਵ ਉਸਦਾ ਇੱਕ ਬਾਪ 15 ਤੋਂ 17 ਅਤੇ 20 ਤੋਂ 26 ਅੱਜ ਤੱਕ ਉਨੀ ਦਿਨੀ ਪਤਰਸ ਭਰਾਵਾਂ ਦੇ ਵਿਚਕਾਰ ਖੜ੍ਹਾ ਹੋਇਆ ਉੱਥੇ ਦੀ ਸੰਗਤ ਕੁੱਲ ਮਿਲਾ ਕੇ ਲਗਭਗ 120 ਸੀ ਅਤੇ ਕਿਹਾ ਭਰਾਓ ਉਸ ਪਵਿੱਤਰ ਲਿਖਤ ਦਾ ਪੂਰਾ ਹੋਣਾ ਜ਼ਰੂਰੀ ਸੀ ਜਿਸ ਵਿੱਚ ਰੂਹ ਪਾਕ ਨੇ ਪਹਿਲਾਂ ਹੀ ਦਾਊਦ ਦੇ ਮੂੰਹੋਂ ਯਹੂਦਾ ਬਾਰੇ ਕਿਹਾ ਸੀ ਜੋ ਉਹਨਾਂ ਲੋਕਾਂ ਦਾ ਆਗੂ ਬਣਿਆ ਜਿਨ੍ਹਾਂ ਨੇ ਯਿਸੂ ਨੂੰ ਗ੍ਰਿਫਤਾਰ ਕੀਤਾ ਸੀ ਕਿਉਂਕਿ ਉਹ ਸਾਡੇ ਵਿੱਚ ਗਿਣਿਆ ਗਿਆ ਸੀ ਅਤੇ ਇਸ ਸੇਵਕਾਈ ਵਿੱਚ ਉਸਦਾ ਹਿੱਸਾ ਮਿਥਿਆ ਗਿਆ ਸੀ ਕਿਉਂਕਿ ਜ਼ਬੂਰਾਂ ਦੀ ਪੋਥੀ ਵਿੱਚ ਇਹ ਲਿਖਿਆ ਹੈ ਉਸਦਾ ਘਰ ਮਕਾਨ ਉੱਜੜ ਜਾਵੇ ਅਤੇ ਉਸ ਵਿੱਚ ਰਹਿਣ ਲਈ ਕੋਈ ਨਾ ਹੋਵੇ ਅਤੇ ਕੋਈ ਹੋਰ ਉਸਦਾ ਅਹੁਦਾ ਸੰਭਾਲੇ ਇਸ ਲਈ ਉਹਨਾਂ ਆਦਮੀਆਂ ਵਿੱਚੋਂ ਜਿਹੜੇ ਉਹ ਸਾਰਾ ਸਮਾਂ ਸਾਡੇ ਨਾਲ ਰਹੇ ਹਨ ਜਦੋਂ ਪ੍ਰਭੂ ਯਿਸੂ ਸਾਡੇ ਵਿੱਚ ਆਉਂਦਾ ਜਾਂਦਾ ਸੀ ਮਤਲਬ ਯੋਹੰਨਾ ਦੇ ਬਪਤਿਸਮਾ ਤੋਂ ਸ਼ੁਰੂ ਕਰਕੇ ਉਸ ਦਿਨ ਤੱਕ ਜਦੋਂ ਉਹ ਸਾਡੇ ਵਿੱਚੋਂ ਉਤਾਂਹ ਚੁੱਕ ਲਿਆ ਗਿਆ ਸੀ ਉਹਨਾਂ ਆਦਮੀਆਂ ਵਿੱਚੋਂ ਇੱਕ ਸਾਡੇ ਨਾਲ ਉਸਦੇ ਫਿਰ ਜੀ ਉੱਠਣ ਦਾ ਗਵਾਹ ਬਣੇ ਇਸ ਲਈ ਉਹਨਾਂ ਨੇ ਦੋ ਆਦਮੀਆਂ ਨੂੰ ਨਾਮਜ਼ਦ ਕੀਤਾ ਯੂਸਫ ਜੋ ਬਰਸਬਾ ਅਖਵਾਉਂਦਾ ਸੀ ਜਿਸ ਦਾ ਦੂਜਾ ਨਾਂ ਯੂਸਤੁਸ ਸੀ ਅਤੇ ਮਥਿਆਸ ਫਿਰ ਉਹਨਾਂ ਨੇ ਪ੍ਰਾਰਥਨਾ ਕੀਤੀ ਅਤੇ ਕਿਹਾ ਪ੍ਰਭੂ ਤੂੰ ਸਾਰਿਆਂ ਦੇ ਦਿਲ ਜਾਣਦਾ ਹੈ ਇਹ ਪ੍ਰਗਟ ਕਰ ਕਿ ਤੂੰ ਇਹਨਾਂ ਦੋਹਾਂ ਵਿੱਚੋਂ ਕਿਸ ਨੂੰ ਚੁਣਿਆ ਹੈ ਕਿ ਉਹ ਇਸ ਸੇਵਕਾਈ ਅਤੇ ਰਸੂਲੀ ਰੁਤਬੇ ਦੀ ਜਗ੍ਹਾ ਸੰਭਾਲੇ ਜਿਸ ਤੋਂ ਯਹੂਦਾ ਮੂੰਹ ਮੋੜ ਕੇ ਲਾਂਭੇ ਹੋ ਗਿਆ ਤਾਂ ਜੋ ਉਹ ਆਪਣੇ ਹੀ ਅਸਥਾਨ 'ਤੇ ਜਾਵੇ ਫਿਰ ਉਹਨਾਂ ਨੇ ਦੋਹਾਂ ਦੇ ਲਈ ਪਰਚੀਆਂ ਪਾਈਆਂ
ਅਤੇ ਪਰਚੀ ਮਥਿਆਸ ਦੇ ਨਾਂ ਦੀ ਨਿਕਲੀ ਅਤੇ ਉਹ 11 ਰਸੂਲਾਂ ਨਾਲ ਸ਼ਾਮਲ ਕੀਤਾ ਗਿਆ। ਪ੍ਰਭੂ ਦੀ ਪਾਕ ਬਾਣੀ, ਖੁਦਾ ਦਾ ਸ਼ੁਕਰ ਹੋਵੇ। ਸਦਾ ਤਿਕਰ ਹੈ ਰਹਿਮਤ ਸਾਡੇ ਰੱਬ ਦੀ, 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 ਸਦਾ ਤਿਕਰ ਹੈ ਸਾਡੇ ਰੱਬ ਦੀ। ਕਰੋ ਰੱਬ ਦੀ ਸ਼ੁਕਰ ਗੁਜ਼ਾਰੀ, ਕਰੋ ਰੱਬ ਦੀ ਸ਼ੁਕਰ ਗੁਜ਼ਾਰੀ, ਨਿੱਕੀ ਨਿਕਲੀ ਹੈ ਉਸ ਤੋਂ ਸਾਰੀ, ਨਿੱਕੀ ਨਿਕਲੀ ਹੈ ਉਸ ਤੋਂ ਸਾਰੀ, ਸਦਾ ਤਿਕਰ ਹੈ ਰਹਿਮਤ ਸਾਡੇ ਰੱਬ ਦੀ, ਸਦਾ ਤਿਕਰ ਹੈ ਰਹਿਮਤ ਸਾਡੇ ਰੱਬ ਦੀ।
ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪਾਠ ਪਵਿੱਤਰ ਅੰਜੀਲ ਸੰਤ ਯੂਹੰਨਾ ਦੇ ਅਨੁਸਾਰ ਤੇਰੀ ਵਡਿਆਈ ਹੋਵੇ ਐ ਪ੍ਰਭੂ। ਉਹਦਾ 15 ਅਧਿਆਇ 9 ਤੋਂ 17 ਵਜੇ ਤੱਕ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, ਜਿਸ ਤਰ੍ਹਾਂ ਬਾਪ ਨੇ ਮੈਨੂੰ ਪਿਆਰ ਕੀਤਾ ਹੈ ਉਸੇ ਤਰ੍ਹਾਂ ਮੈਂ ਵੀ ਤੁਹਾਨੂੰ ਪਿਆਰ ਕੀਤਾ ਹੈ। ਮੇਰੇ ਪਿਆਰ ਵਿੱਚ ਬਣੇ ਰਹੋ। ਜੇਕਰ ਤੁਸੀਂ ਮੇਰੀਆਂ ਆਗਿਆਵਾਂ ਦੀ ਪਾਲਣਾ ਕਰੋਗੇ ਤਾਂ ਤੁਸੀਂ ਮੇਰੇ ਪਿਆਰ ਵਿੱਚ ਬਣੇ ਰਹੋਗੇ, ਜਿਸ ਤਰ੍ਹਾਂ ਮੈਂ ਆਪਣੇ ਬਾਪ ਦੀਆਂ ਆਗਿਆਵਾਂ ਦੀ ਪਾਲਣਾ ਕੀਤੀ ਹੈ ਅਤੇ ਉਸ ਦੇ ਪਿਆਰ ਵਿੱਚ ਬਣੇ ਰਹਿੰਦਾ ਹਾਂ। ਇਹ ਗੱਲਾਂ ਮੈਂ ਤੁਹਾਨੂੰ ਇਸ ਲਈ ਦੱਸੀਆਂ ਹਨ ਕਿ ਮੇਰਾ ਆਨੰਦ ਤੁਹਾਡੇ ਵਿੱਚ ਹੋਵੇ ਅਤੇ ਤੁਹਾਡਾ ਆਨੰਦ ਭਰਪੂਰ ਹੋਵੇ। ਮੇਰੀ ਆਗਿਆ ਇਹ ਹੈ, ਤੁਸੀਂ ਇੱਕ ਦੂਜੇ ਨੂੰ ਪਿਆਰ ਕਰੋ ਜਿਵੇਂ ਮੈਂ ਤੁਹਾਨੂੰ ਪਿਆਰ ਕੀਤਾ ਹੈ। ਇਸ ਤੋਂ ਵੱਧ ਪਿਆਰ ਕਿਸੇ ਦਾ ਨਹੀਂ ਕਿ ਕੋਈ ਮਨੁੱਖ ਆਪਣੇ ਮਿੱਤਰਾਂ ਲਈ ਆਪਣੀ ਜਾਨ ਦੇ ਦੇਵੇ। ਤੁਸੀਂ ਮੇਰੇ ਮਿੱਤਰ ਹੋ ਜੇਕਰ ਤੁਸੀਂ ਉਹ ਕਰੋ ਜਿਸ ਦੀ ਮੈਂ ਤੁਹਾਨੂੰ ਆਗਿਆ ਦਿੱਤਾ ਹਾਂ। ਅੱਗੇ ਤੋਂ ਮੈਂ ਤੁਹਾਨੂੰ ਨੌਕਰ ਨਹੀਂ ਆਖਾਂਗਾ ਕਿਉਂਕਿ ਨੌਕਰ ਨਹੀਂ ਜਾਣਦਾ ਕਿ ਉਸਦਾ ਮਾਲਕ ਕੀ ਕਰਦਾ ਹੈ, ਪਰੰਤੂ ਮੈਂ ਤੁਹਾਨੂੰ ਮਿੱਤਰ ਆਖਿਆ ਹੈ ਕਿਉਂਕਿ ਜੋ ਕੁਝ ਮੈਂ ਆਪਣੇ ਬਾਪ ਕੋਲੋਂ ਸੁਣਿਆ ਹੈ ਉਹ ਸਭ ਮੈਂ ਤੁਹਾਨੂੰ ਦੱਸ ਦਿੱਤਾ ਹੈ। ਤੁਸੀਂ ਮੈਨੂੰ ਨਹੀਂ ਚੁਣਿਆ ਸਗੋਂ ਮੈਂ ਤੁਹਾਨੂੰ ਚੁਣਿਆ ਹੈ ਅਤੇ ਨਿਯੁਕਤ ਕੀਤਾ ਹੈ ਕਿ ਤੁਸੀਂ ਜਾਵੋ ਅਤੇ ਫਲ ਪੈਦਾ ਕਰੋ ਅਤੇ ਤੁਹਾਡਾ ਫਲ ਕਾਇਮ ਰਹੇ ਤਾਂ ਜੋ ਤੁਸੀਂ ਮੇਰੇ ਨਾਮ 'ਤੇ ਬਾਪ ਕੋਲੋਂ ਜੋ ਕੁਛ ਵੀ ਮੰਗੋ ਬਾਪ ਉਹ ਤੁਹਾਨੂੰ ਦੇ ਦੇਵੇ। ਮੈਂ ਤੁਹਾਨੂੰ ਇਹ ਆਗਿਆ ਦਿੰਦਾ ਹਾਂ, ਇੱਕ ਦੂਜੇ ਨੂੰ ਪਿਆਰ ਕਰੋ। ਪ੍ਰਭੂ ਦੀ ਅੰਜੀਲ। ਤੇਰੀ ਮਹਿਮਾ ਹੋਵੇ ਐ ਮਸੀਹਾ। ਮਸੀਹ ਵਿੱਚ ਮੇਰੇ ਪਿਆਰੇ ਭਰਾਵੋ, ਭੈਣੋ ਅਤੇ ਬੱਚਿਓ, ਜਦੋਂ ਸਮੁੱਚੀ ਕਲੀਸੀਆ ਸੰਤ ਮਤੀਆਸ ਨੂੰ ਯਾਦ ਕਰਦੇ ਦਿਨ ਅਸਾਂ ਸਾਰਿਆਂ ਲਈ ਵੀ ਇਹ ਬਹੁਤ ਖੁਸ਼ੀ ਦਾ ਸਮਾਂ ਹੈ ਕਿਉਂਕਿ ਅੱਜ ਦੇ ਵਚਨ ਦੇ ਵਿੱਚ ਅਸੀਂ ਸੁਣੀਆ ਪ੍ਰਭੂ ਨੇ ਸਾਨੂੰ ਇਹ ਸਾਫ਼ ਦੱਸਿਆ, ਤੁਸੀਂ ਮੇਰੇ ਮਿੱਤਰ ਹੋ ਅਤੇ ਮੈਂ ਤੁਹਾਨੂੰ ਚੁਣਿਆ ਹੈ। ਇਹੀ ਗੱਲ ਸੰਤ ਮਤੀਆਸ ਰਸੂਲ ਦੇ ਨਾਲ ਹੋਈ, ਇਹ ਗੱਲ ਸਾਡੇ ਨਾਲ ਵੀ ਹੋ ਜਾਂਦੀ ਕਿਉਂਕਿ ਪ੍ਰਭੂ ਸਾਨੂੰ ਚੁਣ ਲਿਆ ਹੈ
ਆਪਣਾ ਬਣਾ ਲਿਆ ਹੈ ਅਤੇ ਸਾਨੂੰ ਆਪਣਾ ਮਿੱਤਰ ਬਣਾਇਆ ਹੈ, ਸਾਨੂੰ ਪਿਆਰ ਕੀਤਾ ਹੈ। ਸੋ ਪਿਆਰੀਓ, ਸਾਡਾ ਇਹ ਚੁਣੌਤੀ ਹੈ ਕਿ ਅਸੀਂ ਆਪਣੇ ਬੁਲਾਹਟ ਦੇ ਅਨੁਸਾਰ ਆਪਣੇ ਪ੍ਰਭੂ ਨੂੰ ਅਤੇ ਆਪਣੇ ਭੈਣ ਭਾਵਾਂ ਨੂੰ ਜਾਣੀਏ ਅਤੇ ਪਿਆਰ ਕਰੀਏ। ਪ੍ਰਭੂ ਦਾ ਆਖਰੀ ਸੰਦੇਸ਼ ਵੀ ਇਹ ਹੈ, ਮੈਂ ਤੁਹਾਨੂੰ ਇਹ ਆਗਿਆ ਦਿੰਦਾ ਹਾਂ ਕਿ ਇੱਕ ਦੂਜੇ ਨੂੰ ਪਿਆਰ ਕਰੋ। ਪਿਆਰਿਓ, ਪ੍ਰਭੂ ਆਪ ਪਿਆਰ ਹੈ, ਪ੍ਰਭੂ ਆਪਣੇ ਪਿਆਰ ਸਾਨੂੰ ਦਿਖਾਇਆ ਹੈ ਅਤੇ ਸਾਡਾ ਧਰਮ ਵੀ ਪਿਆਰ ਦਾ ਧਰਮ ਹੈ ਅਤੇ ਸਾਡਾ ਮੁਕਤਦਾ ਦਾ ਪ੍ਰਵੇਸ਼ ਮਸੀਹ ਹਮੇਸ਼ਾ ਸਾਨੂੰ ਕਹਿ ਦਿੰਦੇ ਹਾਂ ਇੱਕ ਦੂਸਰੇ ਨੂੰ ਪਿਆਰ ਕਰੋ ਜਿਸ ਤਰ੍ਹਾਂ ਮੈਂ ਤੁਹਾਨੂੰ ਪਿਆਰ ਕੀਤਾ ਹੈ। ਸਾਵੋ ਅਸੀਂ ਪ੍ਰਭੂ ਦਾ ਇਸ ਸੰਦੇਸ਼ ਨੂੰ ਸਵੀਕਾਰ ਕਰਕੇ ਪ੍ਰਭੂ ਦੇ ਇਸ ਸੰਦੇਸ਼ ਦੇ ਅਨੁਸਾਰ, ਇਸ ਵਚਨ ਦੇ ਅਨੁਸਾਰ, ਇਸ ਆਗਿਆ ਦੇ ਅਨੁਸਾਰ ਜੀਵਨ ਲਈ ਵਰਦਾਨ ਮੰਗੀਏ, ਕੋਸ਼ਿਸ਼ ਕਰੀਏ ਤਾਂ ਜੋ ਅਸੀਂ ਆਪਣੇ ਪ੍ਰਵੇਸ਼ ਨੂੰ ਪਿਆਰ ਕਰ ਸਕਣ ਅਤੇ ਉਸ ਪਿਆਰ ਦੇ ਵਿੱਚ ਬਣੇ ਰਹਿ ਕੇ ਅਸੀਂ ਆਪਣੇ ਭੈਣ ਭਰਾਵਾਂ ਨੂੰ ਵੀ ਪਿਆਰ ਕਰ ਸਕਣਗੇ। ਇਸ ਮਕਸਦ ਲਈ ਪ੍ਰਾਰਥਨਾ ਕਰਦੇ ਹੋਏ, ਖਾਸ ਕਰਕੇ ਅੱਜ ਦੇ ਦਿਨ ਰਸੂਲ ਮਤੀਆਸ ਦੇ ਸ਼ਿਬਾਸ਼ ਮੰਗਦੇ ਹੋਏ, ਆਓ ਅਸੀਂ ਇਸ ਕੁਰਬਾਨੀ ਦੇ ਰਾਹੀਂ ਪ੍ਰਾਰਥਨਾ ਕਰੀਏ ਅਤੇ ਆਪਣੇ ਆਪ ਨੂੰ ਸਮਰਪਣ ਕਰੀਏ।
ਪਿਆਰੇ ਪ੍ਰਾਉਤ ਬੇੜੋ ਪ੍ਰਾਰਥਨਾ ਕਰੋ ਕਿ ਮੇਰੀ ਅਤੇ ਤੁਹਾਡੀ ਇਸ ਕੁਰਬਾਨੀ ਪੂਰੇ ਗੁਰੂ ਵਾਲੇ ਖੁਦਾ ਬਾਪ ਨੂੰ ਕਬੂਲ ਹੋਵੇ। ਪ੍ਰਭੂ ਇਸ ਕੁਰਬਾਨੀ ਨੂੰ ਤੁਹਾਡੇ ਹੱਥਾਂ ਦੇ ਵਿੱਚੋਂ ਆਪਣੇ ਨਾਮ ਦੀ ਉਸਤਤ ਅਤੇ ਵਡਿਆਈ ਲਈ ਅਤੇ ਸਾਡੇ ਅਤੇ ਸਾਰੀ ਪਾਕ ਕਲੀਸਿਆ ਦੇ ਭਲੇ ਲਈ ਕਬੂਲ ਕਰੇ। ਹੇ ਪ੍ਰਭੂ, ਇਹਨਾਂ ਨਜ਼ਰਾਨੀਆਂ ਨੂੰ ਪ੍ਰਵਾਨ ਕਰ ਜੋ ਤੁਹਾਡੀ ਕਲੀਸਿਆ ਸੰਤ ਮਤਿਆਸ ਦੀ ਈਦ ਵਾਲੇ ਦਿਨ ਭਗਤੀ ਭਰੇ ਦਿਲ ਦੇ ਨਾਲ ਤੁਹਾਨੂੰ ਛੁਡਾਉਂਦੇ ਹਾਂ। ਤੁਹਾਡੇ ਰਹਿਮ ਭਰੇ ਪਿਆਰ ਦੀ ਸ਼ਕਤੀ ਨਾਲ ਹਮੇਸ਼ਾ ਸਾਨੂੰ ਸੰਭਾਲ ਕੇ ਰੱਖ, ਸਾਡੇ ਪ੍ਰਭੂ ਮਸੀਹ ਦੇ ਰਾਹੀਂ ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਤੁਸੀਂ ਆਪਣਾ ਦਿਲ ਪ੍ਰਭੂ ਵੱਲ ਲਗਾਓ। ਅਸੀਂ ਆਪਣਾ ਦਿਲ ਪ੍ਰਭੂ ਵੱਲ ਲਗਾਉਂਦੇ ਹਾਂ। ਅਸੀਂ ਆਪਣੇ ਪ੍ਰਭੂ ਖੁਦਾ ਦਾ ਧੰਨਵਾਦ ਕਰੀਏ। ਇਹ ਸਹੀ ਅਤੇ ਯੋਗ ਹੈ। ਇਹ ਪ੍ਰਭੂ ਪਵਿੱਤਰ ਬਾਪ, ਪੂਰੀ ਗੁਰਤ ਵਾਲੇ ਅਤੇ ਅਕਾਲ ਖੁਦਾ, ਇਹ ਸੱਚਮੁੱਚ ਸਹੀ ਅਤੇ ਯੋਗ ਹੈ, ਮੁਕਤੀ ਪਾਉਣ ਦਾ ਰਾਹ ਹੈ ਕਿ ਅਸੀਂ ਹਰ ਵੇਲੇ ਅਤੇ ਹਰ ਥਾਂ ਯਿਸੂ ਮਸੀਹ ਆਪਣੇ ਪ੍ਰਭੂ ਦੇ ਰਾਹੀਂ ਤੁਹਾਡਾ ਧੰਨਵਾਦ ਕਰੀਏ। ਪਾਸਕਾ ਦੇ ਇਸ ਸਮੇਂ ਅਸੀਂ ਹਮੇਸ਼ਾ ਨਾਲੋਂ ਬਥੇਰੇ ਖੁਸ਼ੀ ਨਾਲ ਤੁਹਾਡੀ ਵਡਿਆਈ ਕਰਦੇ ਹਾਂ। ਜਦੋਂ ਮਸੀਹ ਸਾਡੇ ਲਈ ਪਾਸਕਾ ਕੁਰਬਾਨ ਹੋਇਆ, ਉਸ ਦੇ ਵਿੱਚ ਇੱਕ ਨਵੇਂ ਯੁੱਗ ਦਾ ਸਵੇਰਾ ਹੋ ਗਿਆ ਹੈ ਅਤੇ ਪਾਪ ਦੀ ਲੰਬੀ ਗੁਲਾਮੀ ਦਾ ਰਾਜ ਖਤਮ ਹੋ ਗਿਆ ਹੈ। ਬਰਬਾਦ ਹੋਈ ਦੁਨੀਆ ਨੂੰ ਨਵੇਂ ਸਿਰਿਓਂ ਉਸਾਰਿਆ ਗਿਆ ਹੈ ਅਤੇ ਇਨਸਾਨ ਦੀ ਜ਼ਿੰਦਗੀ ਨੂੰ ਮੁੜ ਬਹਾਲ ਕੀਤਾ ਗਿਆ ਹੈ। ਇਸ ਲਈ ਅਸੀਂ ਆਪਣੀ ਖੁਸ਼ੀ ਵਿੱਚ ਫਰਿਸ਼ਤੇ ਸੰਗਤ ਜਿਹਦੇ ਨਾਲ ਮਿਲ ਕੇ ਤੁਹਾਡੇ ਮਹਿਮਾ ਦੇ ਗੀਤ ਗਾਉਂਦੇ ਹੋਏ ਇਹ ਐਲਾਨ ਕਰਦੇ ਹਾਂ। ਪਾਕ 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 ਲਸ਼ਕਰਾਂ ਦੇ ਪ੍ਰਭੂ ਖੁਦਾ, ਸਵਰਗ ਤੇ ਧਰਤੀ ਤੇਰੇ ਜਲਾਲ ਨਾਲ ਭਰਪੂਰ ਹਨ। ਉੱਚਾਈਆਂ ਵਿੱਚ ਹੋਸਨਾ, ਮੁਬਾਰਕ ਹੈ ਉਹ ਜੋ ਪ੍ਰਭੂ ਦੇ ਨਾਂ ਉੱਤੇ ਆਉਂਦਾ ਹੈ। ਉੱਚਾਈਆਂ ਵਿੱਚ ਹੋਸਨਾ। ਇਹ ਪ੍ਰਭੂ, ਤੁਸੀਂ ਸੱਚਮੁੱਚ ਪਾਕ ਹੋ ਅਤੇ ਸਭ ਪਵਿੱਤਰ ਦਾ ਸਮਾ ਹੋ। ਇਸ ਲਈ ਅਸੀਂ ਬੇਨਤੀ ਕਰਦੇ ਹਾਂ ਕਿ ਜਿਸ ਤਰ੍ਹਾਂ ਤਰੇਲ ਪੈਂਦੀ ਹੈ, ਉਸੇ ਤਰ੍ਹਾਂ ਤੁਸੀਂ ਆਪਣੇ ਰੂਹ ਪਾਕ ਨੂੰ ਭੇਜ ਕੇ ਇਹਨਾਂ ਨਜ਼ਰਾਨੀਆਂ ਨੂੰ ਪਵਿੱਤਰ ਕਰ, ਤਾਂ ਜੇ ਸਾਡੇ ਲਈ ਸਾਡੇ ਪ੍ਰਭੂ ਯਿਸੂ ਮਸੀਹ ਦਾ ਬਦਨ ਅਤੇ ਲਹੂ ਬਣ ਜਾਵੇ। ਯਿਸੂ ਨੇ ਆਪਣੀ ਮਰਜ਼ੀ ਨਾਲ ਆਪਣੇ ਆਪ ਨੂੰ ਦੁੱਖ ਸਹਿਣ ਲਈ ਸੌਂਪਦੇ ਹੋਏ ਰੋਟੀ ਲਈ ਧੰਨਵਾਦ ਕਰਦੀ ਆ, ਰੋਟੀ ਤੋੜੀ ਅਤੇ ਆਪਣੇ ਚੇਲਿਆਂ ਦਿੱਤੀ, ਇਹ ਕਹਿੰਦੇ ਹੋਏ ਤੁਸੀਂ ਸਾਰੇ ਇਹ ਲਵੋ ਅਤੇ ਇਸ ਵਿੱਚ ਹੁਮ ਖਾਵੋ, ਕਿਉਂਕਿ ਇਹ ਮੇਰਾ ਬਦਨ ਹੈ ਜਿਹੜਾ ਤੁਹਾਡੇ ਲਈ ਕੁਰਬਾਨ ਕੀਤਾ ਜਾਵੇਗਾ। ਇਸੇ ਤਰ੍ਹਾਂ ਭੋਜਨ ਕਰਨ ਦੇ ਬਾਅਦ ਉਸਨੇ ਪਿਆਲਾ ਲਿਆ, ਇੱਕ ਵਾਰ ਫਿਰ ਧੰਨਵਾਦ ਕਰਦੀ ਆ, ਪਿਆਲਾ ਆਪਣੇ ਚੇਲਿਆਂ ਦਿੱਤਾ, ਇਹ ਕਹਿੰਦੇ ਹੋਏ ਤੁਸੀਂ ਸਾਰੇ ਇਹ ਲਵੋ ਅਤੇ ਇਸ ਵਿੱਚੋਂ ਪੀਵੋ, ਕਿਉਂਕਿ ਇਹ ਮੇਰੇ ਲਹੂ ਦਾ ਪਿਆਲਾ ਹੈ, ਨਵੇਂ ਅਤੇ ਸਦੀਵੀ ਨਿਯਮ ਦਾ ਲਹੂ
ਜੋ ਤੁਹਾਡੇ ਤੇ ਬਹੁਤਿਆਂ ਵਾਸਤੇ ਗੁਨਾਹਾਂ ਦੀ ਮਾਫੀ ਲਈ ਵਹਾਇਆ ਜਾਵੇਗਾ। ਮੇਰੀ ਯਾਦ ਵਿੱਚ ਇਹ ਕਿਰਿਆ ਕਰੋ। ਇਮਾਨ ਦਾ ਭੇਦ। ਐ ਪ੍ਰਭੂ, ਅਸੀਂ ਤੇਰੀ ਮੌਤ ਦਾ ਐਲਾਨ ਕਰਦੇ ਹਾਂ ਅਤੇ ਤੇਰੇ ਜੀ ਉੱਠਣ ਦੀ ਮੁਨਾਦੀ ਕਰਦੇ ਹਾਂ ਜਦ ਤੱਕ ਤੂੰ ਫਿਰ ਆਵੇਂਗਾ। ਹੇ ਪ੍ਰਭੂ, ਅਸੀਂ ਯਿਸੂ ਮਸੀਹ ਦੀ ਮੌਤ ਅਤੇ ਉਸ ਦੇ ਜੀਵਨ ਦੀ ਯਾਦਗਾਰੀ ਨੂੰ ਮਨਾਉਂਦੇ ਹੋਏ ਤੁਹਾਨੂੰ ਜੀਵਨ ਦੀ ਰੋਟੀ ਅਤੇ ਮੁਕਤੀ ਦਾ ਪਿਆਲਾ ਚੜਾਉਂਦੇ ਹਾਂ। ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਜੋ ਦੱਸਾ ਸਾਨੂੰ ਇਹ ਯੋਗ ਠਹਿਰਾਇਆ ਕਿ ਅਸੀਂ ਤੁਹਾਡੇ ਹਜ਼ੂਰੀ 'ਚ ਦਾਖਲ ਹੋ ਕੇ ਤੁਹਾਡੀ ਸੇਵਾ ਕਰੀਏ। ਅਸੀਂ ਹਲੀਮੀ ਨਾਲ ਦੁਆ ਕਰਦੇ ਹਾਂ ਕਿ ਮਸੀਹ ਦੇ ਬਦਰ ਅਤੇ ਲਹੂ ਵਿੱਚ ਹਿੱਸਾ ਲੈਣ ਦੁਆਰਾ ਅਸੀਂ ਰੂਹ ਪਾਕ ਦਰਿਆ ਹੀ ਏਕਤਾ ਵਿੱਚ ਬਿਜੇ ਰਹੀਏ। ਇਹ ਪ੍ਰਭੂ, ਸਾਰੀ ਧਰਤੀ ਉੱਤੇ ਫੈਲੀ ਹੋਈ ਆਪਣੀ ਯਾਤਰੀ ਕਲੀਸਿਆ ਨੂੰ ਯਾਦ ਕਰ ਅਤੇ ਉਸ ਨੂੰ ਸਾਡੇ ਸੰਤ ਪਾਪਾ ਫ੍ਰਾਂਸਿਸ, ਸਾਡੇ ਬਿਸ਼ਪ ਅਗਨੇਲੋ ਅਤੇ ਸਾਰੇ ਪੁਰੋਹਿਤਾਂ ਨਾਲ ਪਿਆਰ ਦੀ ਸੰਪੂਰਨਤਾ ਵਿੱਚ ਕਾਇਮ ਰੱਖ। ਸਾਡੇ ਪ੍ਰਣ ਭਾਵਾਂ ਨੂੰ ਵੀ ਯਾਦ ਕਰ ਜਿਹੜੇ ਜੀਵਨ ਦੀ ਉਮੀਦ ਨਾਲ ਸੋ ਗਏ ਹਨ ਅਤੇ ਇਹਨਾਂ ਸਾਰਿਆਂ ਨੂੰ ਵੀ ਜੇ ਤੁਹਾਡੇ ਰਹਿਮ ਵਿੱਚ ਮਰ ਗਏ ਹਨ ਇਹਨਾਂ ਦਾ ਆਪਣੀ ਹਜ਼ੂਰੀ ਦੇ ਚਾਨਣ ਵਿੱਚ ਸਵਾਗਤ ਕਰ। ਇਹ ਪ੍ਰਭੂ, ਅਸੀਂ ਬੇਨਤੀ ਕਰਦੇ ਹਾਂ ਕਿ ਸਾਡੇ ਸਾਰੇ ਉੱਥੇ ਦੀ ਆਖ ਤਾਂ ਜੋ ਧਨ ਕੁਵਾਰੀ ਮਰੀ ਗੁਦਾ ਦੀ ਮਾਂ ਦੇ ਨਾਲ ਉਸੇ ਕੁਵਾਰੀ ਦਾ ਮੁਬਾਰਕ ਵਸਣ ਦੀ ਯੂਸਫ ਦੇ ਨਾਲ ਤਨ ਰਸੂਰ ਅਤੇ ਸਾਰੇ ਸੰਧਾਂ ਨਾਲ ਜਿਨ੍ਹਾਂ ਨੇ ਸਾਰੀ ਯੁਗਾਂ ਵਿੱਚ ਤੈਨੂੰ ਕੁਛ ਕੀਤਾ ਹੈ। ਅਸੀਂ ਸਦੀ ਵੀ ਜੀਵਨ ਦੇ ਵਾਰਸ਼ ਹੋਣ ਦੇ ਹੱਕਦਾਰ ਬਣ ਜਾਵਾਂਗੇ ਅਤੇ ਤੁਹਾਡੇ ਬੇਟੇ ਯਿਸੂ ਮਸੀਹ ਦੇ ਰਾਹੀਂ ਤੁਹਾਡੇ ਵਡਿਆਈ ਅਤੇ ਉਸਤਤ ਕਰਾਂਗੇ। ਉਸ ਦੇ ਰਾਹੀ ਅਤੇ ਉਸ ਦੇ ਨਾਲ ਅਤੇ ਉਸ ਦੇ ਵਿੱਚ ਇਹ ਖੁਦਾ ਪੂਰੀ ਕੁਦਰਤ ਵਾਲੇ ਬਾਪ ਰੂਪਾਗ ਦੀ ਏਕਤਾ ਵਿੱਚ ਸਭ ਜਲਾਲ ਅਤੇ ਵਡਿਆਈ ਤੁਹਾਡੀ ਹੈ ਸਦਾ ਤੋਂ ਸਦਾ ਤੀਕ। ਆਮੀਨ। ਅਸੀਂ ਸਾਰੇ ਖੜ੍ਹੇ ਹੋ ਕੇ ਖੁਦਾ ਬਾਪ ਦੇ ਅੱਗੇ ਆਪਣੇ ਆਪ ਨੂੰ, ਆਪਣੇ ਇਲਾਕੇ ਨੂੰ, ਲੱਗਦੇ ਹਰੇਕ ਪਰਿਵਾਰ ਨੂੰ ਸਮਰਪਣ ਕਰਦੇ ਹੋਏ ਅਸੀਂ ਸਾਰੇ ਮਿਲ ਕੇ ਉਹ ਪ੍ਰਾਰਥਨਾ ਕਰੇ ਜੋ ਪ੍ਰਭੂ ਯੇਸ਼ੂ ਨੇ ਸਾਨੂੰ ਸਿਖਾਇਆ ਹੈ। ਇਹ ਸਾਡੇ ਬਾਪ ਜਿਹੜਾ ਤੂੰ ਅਸਮਾਨ ਉੱਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਸ ਤਰ੍ਹਾਂ ਅਸਮਾਨ ਉੱਤੇ ਪੂਰੀ ਹੁੰਦੀ ਹੈ ਜ਼ਮੀਨ ਉੱਤੇ ਵੀ ਹੋਵੇ। ਸਾਡੇ ਰੋਜ਼ ਦੀ ਰੋਟੀ ਅੱਜ ਸਾਨੂੰ ਦੇ, ਸਾਡੇ ਕਸੂਰ ਸਾਨੂੰ ਮਾਫ਼ ਕਰ ਜਿਸ ਤਰ੍ਹਾਂ ਅਸੀਂ ਆਪਣੇ ਕਸੂਰਵਾਰਾਂ ਨੂੰ ਮਾਫ਼ ਕਰਦੇ ਹਾਂ, ਸਾਨੂੰ ਅਜਮਾਇਸ਼ ਵਿੱਚ ਨਾ ਪਾ ਸਗੋਂ ਬੁਰਾਈ ਤੋਂ ਬਚਾ। ਇਹ ਪ੍ਰਭੂ, ਅਸੀਂ ਪ੍ਰਾਰਥਨਾ ਕਰਦੇ ਹਾਂ ਸਭ ਬੁਰਾਈ ਤੋਂ ਸਾਨੂੰ ਬਚਾ, ਆਪਣੇ ਰਹਿਮ ਨਾਲ ਸਾਡੇ ਦਿਲਾਂ ਵਿੱਚ ਸ਼ਾਂਤੀ ਦੇ ਤਾਂ ਜੋ ਤੁਹਾਡੀ ਦਇਆ ਦੀ ਮਦਦ ਨਾਲ ਅਸੀਂ ਹਮੇਸ਼ਾ ਗੁਨਾਹ ਤੋਂ ਮੁਕਤ ਰਹੀਏ ਅਤੇ ਹਰ ਮੁਸੀਬਤ ਸੁਰਗ ਦੇ ਰਹੀਏ। ਜਿਵੇਂ ਮੁਬਾਰਕ ਉਮੀਦ ਰੱਖਦੇ ਹੋਏ ਅਸੀਂ ਇਸ ਮਸੀਹ ਸਾਡੇ ਮੁਕਤੀ ਦਾ ਦੇ ਆਉਣ ਦੀ ਉਡੀਕ ਕਰਦੇ ਹਾਂ, ਕਿਉਂ ਜੋ ਰਾਜ ਕੁਦਰਤ ਅਤੇ ਜਲਾਲ ਯੁਗ ਯੁਗ ਤੇਰਾ ਹੀ ਹੈ। ਇਹ ਪ੍ਰਭੂ ਯਿਸੂ ਮਸੀਹ, ਤੁਸੀਂ ਆਪਣੇ ਰਸੂਲਾਂ ਨੂੰ ਆਖੀਆ
ਮੈਂ ਤੁਹਾਨੂੰ ਸ਼ਾਂਤੀ ਦਿੰਦਾ ਹਾਂ, ਆਪਣੀ ਸ਼ਾਂਤੀ ਮੈਂ ਤੁਹਾਨੂੰ ਪ੍ਰਦਾਨ ਕਰਦਾ ਹਾਂ। ਤੂੰ ਸਾਡੇ ਗੁਨਾਹਾਂ ਨੂੰ ਨਹੀਂ ਸਗੋਂ ਆਪਣੇ ਕਲੀਸਿਆ ਦੀ ਮਾਨ ਨੂੰ ਵੇਖ ਅਤੇ ਉਸਨੂੰ ਆਪਣੀ ਮਰਜ਼ੀ ਮੁਤਾਬਿਕ ਸ਼ਾਂਤੀ ਅਤੇ ਏਕਤਾ ਪ੍ਰਦਾਨ ਕਰ। ਤੂੰ ਜੋ ਜਿਉਂਦਾ ਅਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀਕ। ਆਮੀਨ। ਪ੍ਰਭੂ ਦੀ ਸ਼ਾਂਤੀ ਸਦਾ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਅਸੀਂ ਆਪੋ ਵਿੱਚ ਸ਼ਾਂਤੀ ਦਾ ਸਲਾਮ ਦੇਈਏ। ਅਲੇਲੇ ਖੁਦਾ ਦੇ, ਤੂੰ ਜਿਹੜਾ ਦੁਨੀਆਂ ਦੇ ਗੁਨਾਹ ਚੁੱਕ ਲੈਂਦਾ ਹੈ ਸਾਡੇ ਉੱਤੇ ਦਇਆ ਕਰ। ਅਲੇਲੇ ਖੁਦਾ ਦੇ, ਤੂੰ ਜਿਹੜਾ ਦੁਨੀਆਂ ਦੇ ਗੁਨਾਹ ਚੁੱਕ ਲੈਂਦਾ ਹੈ ਸਾਡੇ ਉੱਤੇ ਦਇਆ ਕਰ। ਅਲੇਲੇ ਖੁਦਾ ਦੇ, ਤੂੰ ਜਿਹੜਾ ਦੁਨੀਆਂ ਦੇ ਗੁਨਾਹ ਚੁੱਕ ਲੈਂਦਾ ਹੈ ਸਾਨੂੰ ਸ਼ਾਂਤੀ ਦੇ। ਦੇਖੋ ਖੁਦਾ ਦਾ ਲੈਲਾ, ਇਹਨੂੰ ਵੇਖੋ ਜਿਹੜੇ ਸੰਸਾਰ ਦੇ ਗੁਨਾਹ ਚੁੱਕ ਲੈਂਦਾ ਹੈ। ਤਨ ਹਨ ਉਹ ਜਿਹੜੇ ਲੇਲੇ ਦੇ ਭੋਜਨ ਲਈ ਸਦੇ ਗਏ ਹਨ। ਐ ਪ੍ਰਭੂ, ਮੈਂ ਸਿਯੋਗਤਾ ਨਹੀਂ ਹਾਂ ਕਿ ਤੂੰ ਮੇਰੀ ਛੱਤ ਲਿਆਵੇਂ, ਪਰ ਇੱਕ ਸ਼ਬਦ ਆ ਤਾਂ ਮੇਰੀ ਰੂਹ ਚੰਗੀ ਹੋ ਜਾਵੇਗੀ। ਹੋਰ ਨਾ ਮੈਂ ਜਾਂ
ਤੇਰਾ ਬਦਨ ਮੈਂ ਖਾਵਾਂ ਯਸੂ, ਤੇਰੇ ਪਿਆਲੇ ਚੋਂ ਪੀਵਾਂ ਯਸੂ, ਤੇਰੇ ਪਿਆਲੇ ਚੋਂ ਪੀਵਾਂ ਯਸੂ। ਅਸੀਂ ਪ੍ਰਾਰਥਨਾ ਕਰੀਏ। हे प्रभु, तुस अपने परिवार को सदी भी जीवन की इस रोटी तो कदी भी वांझे ना रहन दे। संत मतियास की शिबाश राही तुसा सानू अपने संतान की संगत विच शामिल कर। साडे प्रभु मसीह दे राही आमीन। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਸੋ ਸ਼ਕਤੀਮਾਨ ਖੁਦਾ ਬਾਪ, ਬੇਟੇ ਅਤੇ ਰੂਹ ਪਾਕ ਤੁਹਾਨੂੰ ਸਾਰਿਆਂ ਨੂੰ ਆਸ਼ੀਸ਼ ਅਤੇ ਬਰਕਤ ਦੇਵੇ। ਆਮੇਨ। ਕੁਰਬਾਨੀ ਅਰਪਣ ਕੀਤੀ ਗਈ, ਪ੍ਰਭੂ ਦੀ ਸ਼ਾਂਤੀ ਵਿੱਚ ਜਾਈਏ। ਖੁਦਾ ਦਾ ਸ਼ੁਕਰ ਹੋਵੇ। ਦੁਆ ਯਾਦ ਕਰ, ਯਾਦ ਕਰ ਐ ਨਹਾਇਤ ਮਿਹਰਬਾਨ ਕੁਆਰੀ ਮਰੀਮ, ਵਈ ਗਦੀ ਨੇ ਸੁਣਿਆ ਗਿਆ ਕਿ ਕੋਈ ਵੀ ਤੇਰੀ ਪਨਾਹ ਲੱਭਿਆ, ਤੇਰੀ ਮਦਦ ਚਾਹੁੰਦਿਆਂ, ਤੇਰੀ ਸਿਫਾਰਿਸ਼ ਮੰਗਦਿਆਂ ਤੇਥੋਂ ਖਾਲੀ ਗਿਆ ਹੋਵੇ। ਐ ਕੁਆਰੀ ਕੁਆਰੀਆਂ ਦੀ ਅਤੇ ਮੇਰੀ ਮਾਂ, ਇਸ ਤਸੱਲੀ ਨਾਲ ਮੈਂ ਤੇਰੇ ਕੋਲ ਨੱਸ ਕੇ ਆਉਂਦਾ ਹਾਂ ਅਤੇ ਤੇਰੇ ਅੱਗੇ ਖਲੋ ਕੇ ਮੈਂ ਗੁਨਾਹ ਹੀ ਰੋਂਦਾ ਹਾਂ। ਅੱਜ ਦੇ ਤਰੀ ਹੋਏ ਕਲਾਮ ਦੀ ਮਾਂ, ਤੂੰ ਮੇਰੇ ਅਰਜ਼ਾਂ ਨੂੰ ਹਕੀ ਨਾ ਜਾਣ, ਸਗੋਂ ਮਿਹਰਬਾਨੀ ਨਾਲ ਸੁਣ ਅਤੇ ਕਬੂਲ ਕਰ। ਆਮੀਨ। ਮਾਂ ਮਰੀਮ ਸ਼ਾਂਤੀ ਦੀ ਰਾਣੀ, ਸਾਡੇ ਲਈ ਦੁਆ ਕਰ। ਸ਼ੈਤਾਨ ਸ਼ਰਮਿੰਦਾ, ਹਾਂ ਸ਼ਰਮਿੰਦਾ, ਹਾਰ ਗਈ ਮੌਤ ਤੇ ਹੋਇਆ ਸ਼ੈਤਾਨ ਸ਼ਰਮਿੰਦਾ, ਸ਼ੈਤਾਨ ਸ਼ਰਮਿੰਦਾ।